ਮੇਰੇ ਨਾਲ ਪਟਿਆਲਾ ਤੋਂ ਟੈਲੀਫੋਨ ਲਾਈਨ 'ਤੇ ਨੇ ਸਾਬਕਾ ਆਈ ਜੀ ਸਰਦਾਰ ਰਣਬੀਰ ਸਿੰਘ ਖੱਟਰਾ। ਰਣਬੀਰ ਸਿੰਘ ਖੱਟਰਾ ਨੇ ਜਿਹੜੇ ਬੇਅਦਬੀ ਦੇ ਜਿੰਨੇ ਕੇਸਿਸ ਸੀ ਉਹਨਾਂ ਦੀ ਤਫਤੀਸ਼ ਕੀਤੀ ਸੀ ਔਰ 2021 ਦੇ ਵਿੱਚ ਉਹ ਰਿਟਾਇਰ ਹੋਏ ਨੇ। ਰਣਬੀਰ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਰਣਬੀਰ ਜੀ। ਤੁਸੀਂ ਮੇਰੇ ਖਿਆਲ ਕਰੀਬ ਕਰੀਬ ਸਾਰੇ ਬੇਅਦਬੀ ਦੇ ਕੇਸਿਸ ਦੀ ਇਨਵੈਸਟੀਗੇਸ਼ਨ ਤੁਸੀਂ ਕੀਤੀ ਆ, ਜ਼ਰਾ ਦੱਸੋਗੇ ਕਿਹੜੇ ਕਿਹੜੇ ਕੇਸ ਸੀਗੇ ਜਿਹਨਾਂ ਦੀ ਤਫਤੀਸ਼ ਕੀਤੀ ਤੁਸੀਂ? ਜਿਹੜੇ ਬੇਅਦਬੀ ਕੇਸਿਸ ਨੇ ਆਪਾਂ ਸਾਰਿਆਂ ਨੂੰ ਵੈਸੇ ਇੱਕ ਬਰਗਾੜੀ ਕੇਸ ਕਹਿ ਦਿੰਦੇ ਆ ਜੀ, ਬਟ ਅਦਰਵਾਈਜ਼ 1 ਜੂਨ FIR ਨੰਬਰ 63 ਹੈ ਆਪਣਾ ਜਵਾਹਰ ਸਿੰਘ ਵਾਲਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਣਾ ਜੀ। ਉਸ ਤੋਂ ਬਾਅਦ FIR ਨੰਬਰ 117 ਹੈ 2015 ਦੀ ਪੋਸਟਰ ਦਾ ਲੱਗਣਾ 24 September ਨੂੰ, ਤੇ ਫਿਰ 12 October 2015 ਨੂੰ ਜਿਹੜੇ ਅੰਗ ਖਿੰਡੇ ਨੇ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ, ਤੇ ਚੌਥਾ ਕੇਸ ਸੀ ਗੁਰੂਸਰ ਭਗਤਾ ਪੁਲਿਸ ਸਟੇਸ਼ਨ ਦਿਆਲਪੁਰਾ ਬਠਿੰਡਾ, ਜਿਹੜਾ ਕਿ ਵਿਸਨੇ ਟੀਮ ਸੀ ਜਿੱਥੇ ਵੀ ਅੰਗ ਗੁਰੂ ਗ੍ਰੰਥ ਸਾਹਿਬ ਦੇ ਖੰਡਾਏ ਗਏ ਜੀ। ਐਂਡ ਪੰਜਵਾਂ ਕੇਸ ਸੀ ਮੱਲ ਕੇ ਸਮਾਲਸਰ ਜ਼ਿਲ੍ਹਾ ਮੋਗਾ, ਜਿਹੜਾ ਕਿ ਇਸ ਇਲਾਕੇ ਦੇ ਵਿਸਨੇ ਟੀਮ। ਇਹ 5 ਕੇਸਿਸ ਸੀ ਜਿਹਨਾਂ ਦੀ ਤਫਤੀਸ਼ ਮੇਰੀ ਸੈਕਟਰ ਪਹਿਲੇ 3 ਕੇਸਿਸ ਉਸੇ ਟਾਈਮ ਦੇ ਉੱਤੇ ਮੌਕੇ ਦੇ ਉੱਤੇ ਜਿਸ ਕਿਸਮ ਦਾ ਮਾਹੌਲ ਸੀ ਪੰਜਾਬ ਦਾ, ਉਹ 3 ਕੇਸਿਸ CBI ਨੂੰ ਦਿੱਤੇ ਗਏ ਸੀ, ਤੇ 2 ਕੇਸਿਸ ਸਿਮਿਲਰ ਹੋਣ ਦੇ ਨਾਤੇ ਅਸੀਂ ਜਿਹੜੇ ਰੱਖ ਲਏ ਸੀ ਪੰਜਾਬ ਤੋਂ, ਮੇਰੀ ਸਿੱਟ ਨੇ ਕੀਤੇ। ਤੇ ਉਹਨਾਂ ਸਿੱਟ ਤੋਂ ਬਾਅਦ ਹੀ ਬਾਅਦ CBI ਤੋਂ ਕੇਸ ਲੈ ਕੇ ਵਾਪਸ ਅਸੀਂ ਜਿਹੜੀ ਆ ਬਾਕੀਆਂ ਦੀ ਵੀ ਤਫਤੀਸ਼, ਇਹ 5 ਕੇਸਾਂ ਦੀ ਬਰਗਾੜੀ ਵਾਲੇ ਜਿਹਨਾਂ ਨੂੰ ਆਪਾਂ ਨੇਮਲੀ ਬਰਗਾੜੀ ਕੇਸ ਕਹਿ ਦਿੰਦੇ ਹਾਂ, ਪਰ ਇਹ ਬੇਅਦਬੀ ਦੇ ਕੇਸ ਨੇ ਜਿਹਨਾਂ ਦੀ ਤਫਤੀਸ਼ ਮੇਰੀ ਸਿੱਟ ਨੇ ਮੇਰੇ ਕੀਤੀ ਗਈ। ਇਹ ਰਣਬੀਰ ਸਿੰਘ ਇਸ ਵੇਲੇ ਇਹਨਾਂ ਸਾਰੇ ਕੇਸਿਸ ਦਾ ਜਾਂ ਇੱਕ ਇੱਕ ਕਰਕੇ ਦੱਸੋਗੇ ਕੀ ਸਟੇਟਸ ਇਹਨਾਂ ਦਾ? ਦੇਖੋ, ਜਿਹੜਾ 4 November ਮੰਨ ਕੇ ਪ੍ਰੇਮੀਆਂ ਨੂੰ ਸਜ਼ਾ ਹੋ ਚੁੱਕੀ ਹੈ, ਉਹਦੇ 'ਚ ਕਨਵਿਕਸ਼ਨ ਹੋ ਚੁੱਕੀ ਹੈ, ਜਿਹੜਾ ਕਿ ਅਸੀਂ ਡਾਇਰੈਕਟਲੀ ਕੇਸ 89/15 ਪੁਲਿਸ ਸਟੇਸ਼ਨ ਸਮਾਲਸਰ ਪਿੰਡ ਮੰਨ ਕੇ ਜੀ, ਇਹ ਸਾਡੇ ਕੋਲੇ ਸੀ, ਪੰਜਾਬ ਕੋਲੇ ਸੀ, ਜਿਹੜਾ ਬੇਸ ਵਿੱਚ ਕੇਸ ਸੀ ਇਹਦੇ ਤੋਂ ਹੀ ਅਸੀਂ ਸਾਰੇ ਕੇਸਿਸ ਨੂੰ ਫਰਦਰ ਟ੍ਰੇਸ ਕੀਤੇ ਨੇ। ਇਹ ਤੇ ਇੱਕ 33 ਬਟਾ 11 ਜਿਹੜੀਆਂ ਬੱਸਾਂ ਸਾੜੀਆਂ ਸੀ ਜੀ, ਤਾਂ ਅਸੀਂ ਸਮਝਦੇ ਬੇਸਿਕ 79 ਸੀ, ਉਹਦੇ ਤੋਂ ਹੀ ਪ੍ਰੇਮੀਆਂ ਦੇ ਸਾਰੀਆਂ ਨਿਕਲੀਆਂ ਸੀ, ਤੇ ਉਹਦੇ 'ਚ ਸਜ਼ਾ ਜਾਪਦਾ ਲਗਭਗ 2 ਸਾਲ ਪਹਿਲਾਂ ਉਹਨੂੰ ਸਜ਼ਾ ਮਿਲ ਗਈ ਸੀ ਪ੍ਰੇਮੀਆਂ ਨੂੰ 3 ਸਾਲ ਦੀ, ਕਿਉਂਕਿ ਐਕਟ ਦੇ ਵਿੱਚ ਪ੍ਰੋਵੀਜ਼ਨ ਨੇ 295 ਦੇ ਵਿੱਚ ਪ੍ਰੋਵੀਜ਼ਨ ਨਹੀਂ ਹੈਗੀ। ਅੱਛਾ, ਬਾਕੀ ਜਿਹੜੇ ਕੇਸਿਸ ਨੇ ਹੁਣ ਜਿਹੜਾ ਗੁਰੂਸਰ ਭਗਤੇ ਵਾਲਾ ਹੈ, ਜਿਹੜਾ ਕਿ ਉਹ ਵੀ ਸਾਡੇ ਕੋਲ ਹੀ ਪੰਜਾਬ 'ਚ ਰਿਹਾ ਸੀ, ਹਾਂਜੀ, ਜਿਹਦੀ ਤਫਤੀਸ਼ ਕੀਤੀ ਜਿਹਦੇ 'ਚ ਪ੍ਰੇਮੀਆਂ ਨੇ ਕਰਿਆ, ਉਹਦੇ 'ਚ 2020 'ਚ ਇੱਕ ਉਹਦੇ 'ਚ ਮਤਲਬ ਚਲਾਨ ਪੇਸ਼ ਕੀਤੇ ਗਏ, ਚਾਰਜ ਫਰੇਮ ਹੋ ਗਏ, ਉਹਦੇ 'ਚ ਪਹਿਲੀ ਗਵਾਹੀ ਹੋਈ ਹੈ, ਤੇ ਉਸ ਤੋਂ ਬਾਅਦ 2020 ਤੋਂ ਬਾਅਦ ਉਹਦੇ 'ਚ ਕੋਈ ਗਵਾਹੀ ਨਹੀਂ ਹੋਈ, ਕੋਈ ਗਵਾਹੀ ਨਹੀਂ ਹੋਈ। ਤੇ ਹੁਣ ਜਿਹੜੇ ਹੈਗੇ 3 ਕੇਸਿਸ 63 ਨੰਬਰ 117-128 ਜਿਹੜੇ CBI ਨੂੰ ਗਏ ਸੀ, ਇਹਨਾਂ ਦੇ ਵਿੱਚ ਅਸੀਂ ਜਦ 2018 'ਚ ਕੇਸ ਟ੍ਰੇਸ ਕੀਤੇ ਸੀ 79/33/11 ਮੌਕੇ 'ਚ, ਉਸ ਟਾਈਮ CBI ਨੂੰ ਇਨਫੋਰਮ ਕੀਤਾ ਸੀ, ਉਹਨਾਂ ਦੇ ਇੱਕ DIG ਸਾਹਿਬ ਆਏ ਤੇ ਉਹ ਸਾਰਿਆਂ ਨੇ ਆ ਕੇ ਇਹਦੀ ਤਸੱਲੀ ਕਰੀ ਸੀ, ਤੇ ਬਾਅਦ ਦੇ ਵਿੱਚ ਉਹਨਾਂ ਨੇ ਵੀ ਲਿਆ। ਸਬਸੀਕੁਐਂਟਲੀ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਨੇ 3 ਕੇਸ ਵਾਪਸ ਲਏ, ਤੇ 3 ਕੇਸ ਵਾਪਸ ਲੈ ਕੇ ਉਸ ਤੋਂ ਬਾਅਦ ਹਾਈਕੋਰਟ ਦੇ ਵਿੱਚ ਜਸਟਿਸ ਰਾਜਨ ਗੁਪਤਾ ਸਾਹਿਬ ਦੇ
ਡਿਸਾਈਡ ਕਰਦਾ ਵੀ ਹਾਂ ਪੰਜਾਬ ਕਰੂਗਾ, ਤੁਸੀਂ ਨਹੀਂ ਕਰਦੇ। ਪਰ ਫਿਰ ਵੀ ਜੂਨ 2019 ਚ ਇਹ ਕੇਸਿਸ ਨੂੰ ਉਹਨਾਂ ਨੇ ਕਲੋਜਰ ਰਿਪੋਰਟ ਮੋਹਾਲੀ ਕੋਰਟ ਚ ਦਿੱਤੀ ਸੀ, ਜਿਹਨੂੰ ਸੁਪਰੀਮ ਕੋਰਟ ਤੋਂ ਲੈ ਕੇ 2020 ਚ ਇਹ ਕੇਸ ਵਾਪਸ ਮੈਨੂੰ ਦਿੱਤੇ ਗਏ, ਜਿਨ੍ਹਾਂ ਦੇ ਵਿੱਚੋਂ 63 ਨੰਬਰ FIR ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਣਾ, ਉਹਦਾ ਚਲਾਨ ਮੈਂ 4 July 2020 ਨੂੰ ਫਰੀਦਕੋਟ ਅਦਾਲਤ ਦੇ ਵਿੱਚ ਦੇਤਾ ਸੀ। ਇਹਦੇ ਵਿੱਚ ਇਹ ਜਿੰਨੇ ਵੀ ਆਪਣੇ ਪ੍ਰੇਮੀ ਸੀ ਤੇ ਨਾਲ ਬਾਬਾ ਤੇ ਜਿਹੜੇ 3 ਨੈਸ਼ਨਲ ਕਮੇਟੀ ਮੈਂਬਰ ਸੀ ਇਹਨਾਂ ਦੇ, ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ, ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਸੀ ਜਿਹੜੇ ਬਾਅਦ ਸਬਸੀਕੈਂਟਲੀ PO ਹੋ ਗਏ ਸੀ। ਤੇ ਉਹ 63 ਨੰਬਰ FIR ਤੇ 117 ਤੇ 128 ਦੀ ਤਫਤੀਸ਼ ਹਾਲੇ ਪੈਂਡਿੰਗ ਚੱਲ ਰਹੀ ਸੀ, ਪਰ ਉਹਦੇ ਵਿੱਚ ਸਿਮੀਲਰ ਸਾਰੇ ਹੋਣ ਦੇ ਕਾਰਨ ਕਾਗਜ਼ ਪੱਤਰ ਪੂਰੇ ਸੀ। ਅੱਛਾ, ਤੋ ਇਹ ਚੀਜ਼ਾਂ ਕਰਕੇ ਮੈਂ ਮਤਲਬ ਇਸ ਤੋਂ ਬਾਅਦ ਕੁਛ ਕੇਸ ਹਾਈ ਕੋਰਟ ਗਏ ਜਿਹਨਾਂ ਦੇ ਵਿੱਚੋਂ ਕਰਕ ਲਾ ਗਿਆ, ਅਲਟੀਮੇਟਲੀ ਆਈ ਰਿਟਾਇਰਡ ਇਨ 2021। ਉਸ ਤੋਂ ਬਾਅਦ ਕੀ ਹੋਇਆ ਫਿਰ? ਹੁਣ ਜੋ ਕਰੰਟ ਸਟੇਟਸ ਹੈ ਇਹਨਾਂ ਕੇਸਿਸ ਦਾ, ਕਰੰਟ ਸਟੇਟਸ ਇਹ ਹੈ ਕਿ 63 ਨੰਬਰ ਦਾ ਚਲਾਨ ਪੇਸ਼ ਹੋਇਆ ਹੋਇਆ 2022 ਦਾ, ਜਨਵਰੀ 2022 ਦਾ ਦੁਬਾਰਾ, ਜਿਹੜਾ ਮੇਰਾ ਕੀਤਾ ਸੀ ਉਹ ਤਾਂ ਹੈਗਾ ਹੀ ਸੀ, ਬਟ ਸਬਸੀਕੁਐਂਟਲੀ ਜਿਹੜਾ ਹਾਈਕੋਰਟ ਨੇ ਆਰਡਰ ਕਰਤਾ ਸੀ ਕਿ ਜੋ CJ ਤੋਂ ਕਾਗਜ਼ ਪੱਤਰ ਵਾਪਸ ਆਏ ਨੇ ਇਹਨਾਂ ਨੂੰ ਭੋਗ ਕੇ ਨਵੇਂ ਸਿਰ ਜੇ ਕੋਈ ਅਡੀਸ਼ਨਲ ਗੱਲ ਹੈ ਤਾਂ ਪਾ ਦਿਓ, ਤਾਂ ਉਹਦਾ ਵੀ ਬਾਬੇ ਦੀ ਪੁੱਛਗਿੱਛ ਹੋ ਕੇ 21 ਦੇ ਵਿੱਚ ਜਿਹੜੀ ਮੇਰੇ ਤੋਂ ਬਾਅਦ ਦਿੱਕਤ ਬਣੀ ਸੀ। ਤਾਂ ਇਹ ਕੇਸ 63 ਨੰਬਰ FIR ਚੋਰੀ ਵਾਲਾ, ਗੁਰਜਵਾਰ ਸਿੰਘ ਵਾਲਾ, ਇਹ ਸਬਸੀਕੁਐਂਟਲੀ ਲਗਭਗ ਜੁਲਾਈ 2022 ਤੋਂ ਇਹਦੀ ਦੇਖੋ ਪ੍ਰੋਸੀਕਿਊਸ਼ਨ ਟੈਕਨੀਕਲ ਕੇਸਿਸ ਦੀ ਲਾਈਕ UAPA ਲਾਈਕ NSA ਇਹਦੀ ਸੈਂਕਸ਼ਨ ਸਰਕਾਰ ਤੋਂ ਹੁੰਦੀ ਹੈ, ਹੋਮ ਸੈਕਰਟਰੀ ਕੋਲੋਂ। ਓਕੇ, ਤਾਂ ਇਹ ਕੇਸ ਜੁਲਾਈ ਤੋਂ 2022 ਤੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਲਈ ਬਾਬੇ ਦੀ ਜਿਹੜੀ ਉਹ ਅਵੇਟਡ ਹੈ। ਸੋ ਰਣਬੀਰ ਜੀ, ਸੋਰੀ ਮੈਂ ਇੰਟਰਪਟ ਕਰ ਰਿਹਾ, ਇਹਦਾ ਮਤਲਬ ਪ੍ਰੋਸੀਕਿਊਸ਼ਨ ਸੈਂਕਸ਼ਨ ਗੁਰਮੀਤ ਰਾਮ ਰਹੀਮ ਦੀ ਜਿਹੜੀ ਆ ਉਹ ਅਵੇਟਡ ਆ, ਉਹਦੀ ਕਲੀਅਰੈਂਸ ਓਕੇ ਅਵੇਟਡ ਆ CM ਤੋਂ, ਜੋ ਗ੍ਰਹਿ ਮੰਤਰੀ ਵੀ ਨੇ। ਹਾਂ, ਮਤਲਬ ਅਸੀਂ ਤਾਂ ਹੋਮ ਸੈਕਰਟਰੀ ਦੇਖੋ ਪਾਵਰ ਦਾ ਹੋਮ ਸੈਕਰਟਰੀ ਸੀ, ਪਰ ਹੁਣ ਗ੍ਰਹਿ ਵਿਭਾਗ ਉਹਨਾਂ ਕੋਲ ਤਾਂ ਉਹਨਾਂ ਦੀ ਇੱਥੇ, ਪਰ ਹਾਂ ਮੈਨੂੰ ਹੋਮ ਮਿਨਿਸਟਰੀ ਦੇ ਦਿੱਤੇ ਹੋਮ ਸੈਕਰਟਰੀ। ਸੋ ਕਹਿ ਦਈਏ ਹੋਮ ਸੈਕਟਰੀ ਤੋਂ ਜਿਹੜੀ ਕਲੀਅਰੈਂਸ ਆ ਜਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਅਵੇਟਡ ਆ, ਇਹ 2 ਸਾਲ ਤੋਂ ਅਵੇਟਡ ਆ। 2 ਸਾਲ ਤੋਂ ਜੀ, ਫੁੱਲ ਜੋ। ਓਕੇ, ਸੋ ਇੱਕ ਤੇ ਇਹ ਹੋ ਗਿਆ ਜੀ, ਸੈਕਿੰਡ ਜਿਹੜੇ ਕੇਸ ਨੇ 3 ਇਹਨਾਂ ਕੇਸਿਸ ਦੇ ਵਿੱਚ, ਵੈਸੇ ਓਵਰਆਲ ਇੰਕਲੂਡਿੰਗ ਦਿਸ ਕੇਸ ਐਂਡ ਅਦਰ ਕੇਸਿਸ, ਇਹ 11 ਮਾਰਚ ਨੂੰ ਇਹਨਾਂ ਨੇ ਸਟੇ ਲੈ ਲਈ ਹੈ, ਪ੍ਰੇਮੀਆਂ ਨੇ, ਬਾਬੇ ਨੇ, ਰਾਵਰ ਬਾਬੇ ਨੇ ਸਟੇ ਲੈ ਲਈ ਹੈ ਹਾਈ ਕੋਰਟ ਚ। ਅੱਛਾ, ਉਹ ਸਟੇ 11 ਮਾਰਚ 2024 ਨੂੰ ਆਈ ਹੈ, ਤੇ ਉਹਦਾ ਜਿਹੜਾ ਟਾਈਮਿੰਗ ਹੈ ਉਹ ਕੰਪਲੀਟ ਹੋ ਚੁੱਕਿਆ 3 ਮਹੀਨੇ, ਤੇ ਉਹ 3 ਮਹੀਨੇ ਤੋਂ ਬਾਅਦ ਹੁਣ ਉਹ ਫਾਈਨੈਲਿਟੀ ਆ ਗਈ ਹੈ, ਤੇ ਉਹਦੀ ਫਾਈਨੈਲਿਟੀ ਦਾ ਮਤਲਬ ਇਹ ਹੈ ਕਿ 5 ਤੋਂ 7 ਸਾਲ ਬਾਅਦ ਇਹ ਟੇਕ ਰੈਗੂਲਰ ਚਿੱਟੇ ਕੱਪ ਹੋਣਗੇ। ਸੋ ਇਹਦਾ ਮਤਲਬ ਆ ਉਹਦੀ ਜਿਹੜੀ ਅਪੀਲ ਕਰਨੀ ਬਣਦੀ ਸੀਗੀ ਜਾਂ ਹੋ ਸਕਦੀ ਸੀ ਅਪੀਲ, ਉਹ ਪੰਜਾਬ ਸਰਕਾਰ ਵੱਲੋਂ ਨਹੀਂ ਕੀਤੀ ਗਈ? ਨਹੀਂ ਹੈ, ਉਹ ਅਪੀਲ ਕਿਸੇ ਨੇ ਨਹੀਂ ਕੀਤੀ, ਉਹ ਟਾਈਮ ਲੰਘ ਚੁੱਕਿਆ, ਤੇ ਉਹਦੇ ਵਿੱਚ ਉਹ ਅਪੀਲ ਪੰਜਾਬ ਸਰਕਾਰ ਨੇ ਕਰਨੀ ਸੀ, ਉਹ SGPC ਵੀ ਕਰ ਸਕਦੀ ਸੀ, ਬਿਕੋਜ਼ SGPC ਦਾ ਇੰਪਲੋਈ ਇੱਕ ਮੈਨੇਜਰ ਕੁਲਵਿੰਦਰ ਸਿੰਘ, 128 ਨੰਬਰ ਜਿਹੜੇ ਅੰਗ ਬਰਗਾੜੀ ਦੇ ਵਿੱਚ ਖੜਾਏ ਗਏ ਸੀ, ਉਹਨਾਂ ਦੇ ਵਿੱਚ ਸ਼ਿਕਾਇਤ ਕਰਤਾ ਜਾਂ ਕੰਪਲੇਨੈਂਟ ਉਹ ਨੇ, ਉਹ ਵੀ ਕਰ ਸਕਦੇ। ਸੋ ਉਹ ਵੀ ਕਰ ਸਕਦੇ ਸੀ। ਸੋ ਇਹਦਾ ਮਤਲਬ ਹੈ ਜੇ ਹੁਣ ਤੱਕ ਜੇ ਹੁਣ ਜੁਲਾਈ ਚੱਲ ਰਿਹਾ ਵਾ, ਜੇ ਹੁਣ ਤੱਕ ਅਪੀਲ ਨਹੀਂ ਹੋਈ ਤੇ ਇਸ ਤੋਂ ਬਾਅਦ ਫਿਰ ਅਪੀਲ ਹੋ ਹੀ ਨਹੀਂ ਸਕਦੀ? ਜਿਹੜੇ
ਸਿਵਲ ਸੂਟਸ ਹੁੰਦੇ ਨੇ ਉਹਨਾਂ 'ਚ 30 ਦਿਨ ਹੁੰਦਾ, ਅਤੇ ਜਿਹੜੇ ਕ੍ਰਿਮੀਨਲ ਕੇਸਿਸ ਹੁੰਦੇ ਨੇ ਉਹਨਾਂ 'ਚ 90 ਦਿਨ ਦੀ ਅਪੀਲ ਦੇ ਹੁੰਦੇ ਨੇ, ਅਤੇ ਇਹਨਾਂ ਰੈਗੂਲੇਸ਼ਨ ਦਾ ਮਤਲਬ ਅਸੀਂ ਉਹ ਜਿਹੜਾ ਹੱਕ ਗਵਾ ਚੁੱਕੇ ਹਾਂ, ਅਤੇ ਹੁਣ ਰੈਗੂਲਰ ਜਿਹੜੇ 5 ਸਾਲ ਬਾਅਦ 7 ਸਾਲ ਬਾਅਦ ਪੈਂਡੈਂਸੀ ਹੈ, ਅਤੇ ਨੋਰਮਲੀ ਤਾਂ 5-7 ਸਾਲ ਬਾਅਦ ਕੇਸ ਟੇਕਅਪ ਹੁੰਦੇ ਨੇ। ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਹੁਣ ਤੱਕ ਇਹ ਪਬਲਿਕ ਡੋਮੇਨ ਦੇ ਵਿੱਚ ਗੱਲ ਆਈ ਨਹੀਂ। ਦੂਸਰੀ, ਰਣਬੀਰ ਸਿੰਘ, ਮੈਂ ਮੀਡੀਆ ਦੇ ਵਿੱਚ ਦੇਖ ਰਿਹਾ ਸੀ, ਪਬਲਿਕ ਡੋਮੇਨ ਚ ਮੈਂ ਇਹੀ ਹੈ ਨਾ ਜੀ, ਇਸੇ ਕਰਕੇ ਸਾਲ ਦੇਖੋ, ਮੈਂ 3 ਸਾਲ ਪਹਿਲਾਂ ਵੀ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਦੱਸ ਕੇ ਆਇਆ ਸੀ, ਕਿਉਂਕਿ ਮੈਂ ਫੀਲ ਕਰਦਾ ਕਿ ਐਸ ਜੀ ਪੀ ਸੀ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਉਹ ਸਾਡੇ ਪੰਥ ਤੇ ਗ੍ਰੰਥ ਦੇ ਕਸਟੋਡੀਅਨ ਨੇ। ਇਸੇ ਕਰਕੇ ਮੈਂ 2021 ਚ ਵੀ ਗਿਆ ਸੀ ਜਦ ਬਾਬੇ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਸੀ, ਉਸ ਤੋਂ ਬਾਅਦ ਹੁਣ ਮੈਂ ਫੇਰ 5-7 ਦਿਨ ਪਹਿਲਾਂ ਗਿਆ ਸੀ ਉੱਥੇ, ਉਹਨਾਂ ਨੂੰ ਕੇਸ ਦੇ ਫੇਅਰ ਵੀ ਆ ਤੇ ਹੋਰ ਆਪਾਂ ਕਈ ਦਾ ਜਾਣਦੇ ਹਾਂ ਵੀ, ਮੈਂ ਕਿਹਾ ਜੀ ਇਹ ਕੇਸਿਸ ਤਾਂ ਦੇਖੋ ਵੀ ਇਹ ਸਾਡੇ ਕੌਮ ਦੇ ਗੱਲ ਚ ਟੱਲੀ 5-7 ਸਾਲ ਹੋਰ ਬੰਨੀ ਰਹੂਗੀ ਵੀ ਇਹਨਾਂ ਦੀ ਕੋਈ ਡਿਸੀਜਨ ਨੀ ਹੁੰਦੇ, ਉਹ ਵਟ ਐਵਰ ਦਾ ਡਿਸੀਜਨ ਮਾਲਕੇ ਦੇ ਵਿੱਚ ਡਿਸੀਜਨ ਆ ਗਿਆ ਵੀ ਇਹ ਦੋਸ਼ੀ ਨੇ, ਕਨਵਿਕਸ਼ਨ ਹੋ ਗਈ, ਇਹ 3 ਸਾਲ ਦੀ ਸਜ਼ਾ ਜਿੰਨੀ ਹੋਣਗੀ ਹੋ ਗਈ। ਐਟ ਲੀਸਟ ਵੀ ਕੈਨ ਸੇ ਕਿ ਮੈਂ ਇਸ ਗੱਲ ਦੇ ਸੈਟੀਸਫਾਈਡ ਹਾਂ ਕਿ ਮੇਰੀ ਤਫਤੀਸ਼ ਦੇ ਉੱਤੇ ਇੱਕ ਜਿਹੜੇ 5 ਕੇਸ ਸਿਮੀਲਰ ਸੀ, ਸਿਮੀਲਰ ਕੰਸਪਾਇਰੇਸੀ ਵਾਲੇ ਸੀ, ਉਹਨਾਂ ਦੇ ਵਿੱਚੋਂ ਇੱਕ ਕੇਸ ਦੇ ਵਿੱਚ ਕਨਵਿਕਸ਼ਨ ਹੋ ਗਈ। ਸੋ ਮੈਂ ਜਿਹੜੀ ਤਫਤੀਸ਼ ਹੈ, ਇਨਵੈਸਟੀਗੇਸ਼ਨ ਸਟੈਂਡ ਵਿੰਡੀਕੇਟਡ ਇਨ ਦੀ ਬਿਲਕੁਲ ਆਈਜ਼ ਆਫ ਦੀ ਲਾਅ। ਬਿਲਕੁਲ ਠੀਕ ਹੈ ਰਣਬੀਰ ਸਿੰਘ, ਪਹਿਲਾਂ ਤੇ ਕੋਈ ਟਾਈਮ ਵੇਸਟ ਹੋ ਗਿਆ ਜਦੋਂ ਕੇਸ CBI ਨੂੰ ਦਿੱਤੇ ਤੇ ਫਿਰ ਤੋਂ ਬਾਅਦ ਵਾਪਸ ਲਏ ਤੇ ਦੁਬਾਰਾ ਤਫਤੀਸ਼ ਹੋਈ ਔਰ ਹੁਣ ਜਿਹੜਾ ਵਾ ਅਪੀਲ ਨਾ ਕਰਨ ਤੇ ਟਾਈਮ ਵੇਸਟ ਹੋ ਗਿਆ। ਦੂਸਰਾ, ਇੱਕ ਮੀਡੀਆ 'ਚ ਖਬਰਾਂ ਆ ਰਹੀਆਂ ਵਾ ਰਣਬੀਰ ਕਿ ਕਿਉਂਕਿ ਇਹ ਤਫਤੀਸ਼ ਤੁਸੀਂ ਕੀਤੀ ਸੀ, ਤੁਹਾਨੂੰ ਤੁਹਾਡੀ ਇੱਕ ਤਰੀਕੇ ਨਾਲ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਨੂੰ ਸੱਦਿਆ ਜਾ ਰਿਹਾ ਕਦੇ ਇੱਕ ਥਾਂ ਤੇ ਕਦੇ ਦੂਜੇ ਥਾਂ ਤੇ, ਜ਼ਰਾ ਦੱਸੋਗੇ ਇਹ ਕੀ ਮਾਮਲਾ ਵਾ? ਦੇਖੋ, ਐਂ ਆ, ਜਦ ਅਸੀਂ ਕੋਈ ਇਸ ਕਿਸਮ ਦੀ ਸੀਰੀਅਸ ਸੈਂਸਿਟਿਵ ਤੇ ਹਾਈ ਰੈਂਕਿੰਗ ਜਾਂ ਹਾਈ ਮਤਲਬ ਜਿਹੜੇ ਹੁੰਦੇ ਨੇ ਆਪਣੇ ਆਪ ਨੂੰ ਬੜੇ ਵੱਡੇ ਸਮਝਦੇ ਨੇ ਬੰਦੇ, ਜਿਸ ਕਿਸਮ ਦੇ ਅਸੀਂ ਇਸ ਕਿਸਮ ਦੇ ਕੇਸਿਸ ਜੇ ਟ੍ਰੇਸ ਕਰਾਂਗੇ ਤਾਂ ਇਹ ਬੈਕਲੈਸ਼ ਹੁੰਦਾ ਹੀ ਆ, ਬਟ ਅਨਫੋਰਚੂਨੇਟਲੀ ਮੇਰੀ ਮੈਂ ਤੇ ਸਹਿਮਤ ਨਹੀਂ ਵੈਸੇ ਰਣਬੀਰ, ਬੈਕਲੈਸ਼ ਦੀ ਥਾਂ ਤੇ ਮੇਰੇ ਖਿਆਲ ਆਨਰ ਕਰਨਾ ਬਣਦਾ ਜੇ ਕੋਈ ਚੰਗਾ ਕੀਤਾ ਕੰਮ ਕੀਤਾ ਹੋਵੇ। ਖੈਰ, ਐਨੀਵੇ, ਪਲੀਜ਼ ਕੰਟੀਨਿਊ। ਚਲੋ, ਆਨਰ ਦਾ ਅਸੀਂ ਇਹ ਕੇਸ ਜਿਹੜਾ ਸੀ ਮੈਂ ਕਦੇ ਵੀ ਆਨਰ ਲਈ ਨਹੀਂ, ਮੈਂ ਤਾਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਇਹ ਕੇਸ ਦੇ ਵਿੱਚ ਜੋ ਵੀ ਸਹੀ ਸੀ ਸੱਚ ਨੂੰ ਸੱਚ ਕਿਹਾ। ਜੇ ਕੋਈ ਵੀ ਬੰਦਾ ਕਿਤੇ ਗਲਤ ਫਸ ਗਿਆ ਉਹਨੂੰ ਬਾਹਰ ਕੱਢਿਆ ਤੁਰੰਤ ਤਫਤੀਸ਼ ਕਰਕੇ, ਤੇ ਜਿਹੜਾ ਕੋਈ ਜਾਇਜ਼ ਸੀ ਉਹਨੂੰ ਮੈਂ ਛੱਡਿਆ ਨਹੀਂ। ਠੀਕ ਹੈ ਜੀ। ਮੈਂ ਉੱਥੇ ਆਉਣਾ ਕਿ ਇਹ ਕੇਸ ਜਿਹੜਾ ਪ੍ਰੇਮੀਆਂ ਨੇ 1-6 ਨਵੰਬਰ ਦੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਹੋਈ ਸੀ 2021 ਦੀ, ਜਿਹੜੀ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਦਲਜੀਤ ਚੀਮਾ ਨੇ ਔਨ ਬਿਹਾਫ ਆਫ ਦੇਅਰ ਅਕਾਲੀ ਦਲ ਪ੍ਰੈਜੀਡੈਂਟ ਕੀਤੀ ਸੀ 6 ਨਵੰਬਰ 2021 ਦੀ। ਉਹਦੇ ਵਿੱਚ ਇਹਨਾਂ ਨੇ ਮੇਰੇ ਤੇ ਐਲੀਗੇਸ਼ਨ ਲਾਏ ਸੀ ਵੀ ਮੈਂ ਕੁਛ ਪਤਾ ਨੀ ਕੀ ਕਾਫੀ ਐਲੀਗੇਸ਼ਨ ਲਾਏ ਸੀ, ਤੇ ਉਹ 6 ਨਵੰਬਰ ਨੂੰ ਇਹਨਾਂ ਨੇ ਇਹ ਗੱਲ ਕਹੀ ਸੀ ਜੀ ਵੀ ਖੜਲਾ ਨੇ ਧਰਮਿੰਦਰਪਾਲ ਬਿੱਟੂ ਨੂੰ ਮਾਰਿਆ ਕੁੱਟਿਆ ਫਲਾਂ ਜੋ ਵੀ ਕਹੀਦਾ ਹੁੰਦਾ, ਤੇ ਉਹਦੀ ਵਾਈਫ ਨੇ ਹਾਈਕੋਰਟ ਚ ਕੇਸ ਕੀਤਾ, ਅਤੇ 6 ਨਵੰਬਰ ਨੂੰ ਇਹ ਕੀਤਾ ਸੀ। 8 ਨਵੰਬਰ ਨੂੰ ਧਰਮਿੰਦਰਪਾਲ ਬਿੱਟੂ ਦੀ ਫੈਮਿਲੀ ਨੇ
ਸਾਡੇ ਰਿੱਟ ਦੇ ਸਿੱਟ ਦੇ ਖਿਲਾਫ ਰਿੱਟ ਫਾਈਲ ਕੀਤੀ ਉਹਦੇ ਇਹ ਪੋਜੀਸ਼ਨ ਹੈ ਬੈਕਵਰਡ ਰੈਫਰੈਂਸ ਦੀ ਤੇ ਸਬਸੀਕੁਐਂਟਲੀ ਉਹਦੇ ਵਿੱਚ ਹਾਈ ਕੋਰਟ ਨੇ ਜੁਲਾਈ 2022 ਚ ਪੰਜਾਬ ਸਰਕਾਰ ਨੂੰ ਕਹਿਤਾ ਸੀ ਵੀ ਜੋ ਐਲੀਗੇਸ਼ਨ ਇਹਨਾਂ ਦੀ ਸਿੱਟ ਬਣਾ ਕੇ ਤੁਸੀਂ ਆਪਣਾ ਕਰ ਲਓ ਇਹਦੀ ਵੈਰੀਫਿਕੇਸ਼ਨ ਤਸਦੀਕ ਕਰ ਲਓ ਜਿਹਦੇ ਚ ਅਸੀਂ ਆਪਣੇ ਬਿਆਨ ਇੱਕ ਵਾਰੀ ਪਹਿਲਾਂ ਦੇ ਦਿੱਤੇ ਸੀ ਪਰ ਉਹ ਹੁਣ ਦੋ ਸਾਲ ਪਤਾ ਨੀ ਕਿਉਂ ਡਿਲੇ ਹੁੰਦੀ ਰਹੀ ਤੇ ਹੁਣ ਪਿੱਛੇ 19-18 ਤਰੀਕ ਨੂੰ ਮੈਨੂੰ ਸੰਮਨ ਮਿਲੇ ਸੀ 19 ਨੂੰ ਪੇਸ਼ ਹੋਵੋ ਤੇ ਮੈਂ ਜਾ ਕੇ ADGP ਰਾਜ ਸਾਹਿਬ ਦੇ ਸੈਕਟਰੀ ਅੱਗੇ ਪੇਸ਼ ਹੋ ਗਿਆ ਸੀ ਤੇ ਉਹਨਾਂ ਨੂੰ ਦੱਸਿਆ ਉਹਨਾਂ ਨੇ ਕਿਹਾ ਜੀ ਬਿਆਨ ਦੇ ਦਿਓ ਤੇ 23 ਤਰੀਕ ਨੂੰ ਪਟਿਆਲੇ ਨਾਲ ਮੈਂ ਤੇ ਮੇਰੀ ਸਿੱਖ ਮੇਰੇ ਮੈਂਬਰ ਕੁਛ ਰਿਟਾਇਰ ਹੋ ਗਏ ਕੁਛ ਇਨ ਸਰਵਿਸ ਨੇ ਅਸੀਂ 7-8 ਨੇ ਜਾ ਕੇ ਜੋ ਅਸੀਂ ਕਹਿਣਾ ਚਾਹੁੰਦੇ ਸੀ ਜੋ ਸਾਡੇ ਉਹਨਾਂ ਨੇ ਪੁੱਛਿਆ ਉਹ ਅਸੀਂ ਦੱਸ ਕੇ ਆ ਗਏ ਹਾਂ ਜੀ ਸੋ ਇਹ ਤਫਤੀਸ਼ ਵਾਲੀ ਤੁਹਾਡੇ ਖਿਲਾਫ਼ ਜਿਹੜੀ ਆ ਤਫਤੀਸ਼ ਚੱਲ ਰਹੀ ਹੈ ਜੀ ਜੀ ਓਕੇ ਓਕੇ ਰਣਬੀਰ ਜੀ ਤੁਸੀਂ ਮੈਨੂੰ ਪਤਾ ਵਾ ਤੁਸੀਂ ਟਰੈਵਲ ਕਰ ਰਹੇ ਜੇ ਬਹੁਤ ਬਹੁਤ ਧੰਨਵਾਦ ਕਿਸੇ ਦਿਨ ਡਿਟੇਲ ਦੇ ਵਿੱਚ ਦੁਬਾਰਾ ਗੱਲ ਕਰਾਂਗੇ ਫਿਰ ਧੰਨਵਾਦ ਮਿਹਰਬਾਨੀ ਥੈਂਕ ਯੂ